ਲੁਧਿਆਣਾ ਦੇ ਪੰਜਾਬੀ ਭਵਨ ਵਿਖੇ ਅਦਾਰਾ ਸ਼ਬਦ ਜੋਤ ਵੱਲੋਂ ਫੋਟੋ ਕਲਾਕਾਰ ਵਜੋਂ ਜਾਣੇ ਜਾਂਦੇ ਹਰਭਜਨ ਬਾਜਵਾ ਦੀ ਕਲਮਬੱਧ ਕੀਤੀ ਪੁਸਤਕ ਪਰਛਾਵੇਂ ਨਾ ਫੜ ਸ੍ਰੀ ਸਰਦਾਰਾ ਸਿੰਘ ਜੌਹਲ ਦੀ ਪ੍ਰਧਾਨਗੀ ਤੇ ਪ੍ਰਬੰਧਕ ਰਵੀ ਰਵਿੰਦਰ ਦੀ ਦੇਖਰੇਖ ਹੇਠ ਲੋਕ ਅਰਪਣ ਕੀਤੀ ਗਈ। ਇਸ ਮੁਬਾਰਕ ਮੌਕੇ ਵਿਸ਼ੇਸ਼ ਤੌਰ ਤੇ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਰਵਿੰਦਰ ਪੱਠਲ ਅਤੇ ਪਦਮ ਸ਼੍ਰੀ ਸ਼੍ਰੀ ਸੁਰਜੀਤ ਪਾਤਰ ਵੀ ਹਾਜ਼ਰ ਹੋਏ। ਬਾਜਵਾ ਦੀ ਪੁਸਤਕ ਬਾਰੇ ਪ੍ਰਧਾਨ ਰਵਿੰਦਰ ਪੱਠਲ ਅਤੇ ਪਦਮ ਸ਼੍ਰੀ ਸੁਰਜੀਤ ਪਾਤਰ ਨੇ ਕਿਹਾ, ਹਰਭਜਨ ਸਿੰਘ ਬਾਜਵਾ ਜਿਸ ਨੂੰ ਅਸੀਂ ਸਾਰੇ ਇੱਕ ਫੋਟੋ ਕਲਾਕਾਰ ਕਰਕੇ ਜਾਣਦੇ ਹਾਂ, ਜਿਹੜਾ ਕੈਮਰੇ ਦੀ ਤੀਸਰੀ ਅੱਖ ਬੜੇ ਅਦਭੁਤ ਦ੍ਰਿਸ਼ ਜਿਹੜਾ ਕਲਿੱਕ ਕਰਦਾ, ਉਸਨੇ ਲੇਖਕਾਂ ਦੇ ਰੇਖਾ ਚਿੱਤਰ ਵੀਡੀਓ ਨੇ ਕਿਹੜੇ ਕੈਮਰੇ ਦਾ ਹੀ, ਪਰ ਅੱਜ ਉਹਨਾਂ ਦੀ ਕਵਿਤਾ ਦੀ ਤੀਸਰੀ ਕਿਤਾਬ ਦੀ ਰਲੀਜ਼ ਹੋਈ ਹੈ। ਇਹਦੇ ਵਿੱਚ ਉਹਨਾਂ ਨੇ ਜੋ ਕੈਮਰੇ ਹੱਥ ਸਕੀ ਉਹਨਾਂ ਭਾਵਾਂ ਨੂੰ ਉਹਨਾਂ ਦੀ ਕਵਿਤਾ ਨੂੰ ਉਹਨਾਂ ਸ਼ਾਇਰਾਂ ਨੂੰ ਉਹਨਾਂ ਨੇ ਇਹਨਾਂ ਕਵਿਤਾਵਾਂ ਵਿੱਚ ਕਲਮਬੱਧ ਕੀਤਾ ਅਤੇ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਇੱਕ ਬੜਾ ਹੀ ਵਿਸ਼ਾਲ ਤੁਰਿਆ ਫਿਰਿਆ ਹੁੰਦਾ ਤਜਰਬੇਕਾਰ ਇਸ ਸਾਹਿਤ ਦੇ ਖੇਤਰ ਵਿੱਚ ਆਇਆ ਅਤੇ ਅਸੀਂ ਸਾਰੇ ਲੇਖਕਾਂ ਦੇ ਇਕੱਠੇ ਹੋ ਕੇ ਉਹਨਾਂ ਦੀ ਇਸ ਕਿਤਾਬ ਨੂੰ ਖੁਸ਼ਾਮਦ। ਬਾਜਵਾ ਇੱਕ ਫੋਟੋ ਆਰਟਿਸਟ ਦੇ ਤੌਰ 'ਤੇ ਮਸ਼ਹੂਰ ਹੈ, ਜਿਹਨੇ ਮਸ਼ਹੂਰ ਸਾਹਿਤਕਾਰਾਂ ਦੀਆਂ ਫੋਟੋਆਂ ਖਿੱਚੀਆਂ, ਆਮ ਲੋਕਾਂ ਦੀਆਂ ਫੋਟੋ ਵੀ ਖਿੱਚੀਆਂ, ਕੁਦਰਤ ਦੀਆਂ ਫੋਟੋ ਵੀ ਖਿੱਚੀਆਂ। ਔਰ ਖਾਸ ਕਰ ਉਹਨਾਂ ਦੀ ਜਿਹੜੀ ਯੋਗਦਾਨ ਆ ਉਹ ਹੈ ਕਿ ਉਹਨਾਂ ਨੇ ਬਹੁਤ ਸਾਰੇ ਲੇਖਕਾਂ ਦੀ ਜ਼ਿੰਦਗੀ ਦਾ ਇੱਕ ਦਿਨ, ਉਹਨਾਂ ਦੀ ਇੱਕ ਦਿਨ ਦੀ ਸਾਰੀ ਸਰਗਰਮੀ ਜਾਂ 10 ਤੋਂ ਜ਼ਿਆਦਾ ਫੋਟੋ ਐਲਬਮ ਬਣਾਈਆਂ। ਤੋ ਅੱਜ ਖਾਸ ਕਰਕੇ ਉਹਨਾਂ ਦੀ ਕਿਤਾਬ ਬਾਰੇ, ਕਵਿਤਾ ਦੀ ਕਿਤਾਬ ਬਾਰੇ ਚਰਚਾ ਸੀ, ਗੋਸ਼ਟੀ ਸੀ। ਤੋ ਮੈਂ ਉਹਦੀ ਕਵਿਤਾ ਬਾਰੇ ਇਸ ਤਰ੍ਹਾਂ ਮਹਿਸੂਸ ਕਰਦਾ ਕਿ ਜਿਸ ਤਰ੍ਹਾਂ ਬਾਜਵਾ ਹੋਣਾ ਨੇ ਜਿਹੜੀਆਂ ਤਾਂ ਚੀਜ਼ਾਂ ਦਿਸਦੀਆਂ ਸੀਗੀਆਂ, ਜਿਹੜੀਆਂ ਛਾਇਆ ਸ਼ਕਲਾਂ ਦ੍ਰਿਸ਼ਮਾਨ ਸੀ, ਉਹਨਾਂ ਦੀ ਤਾਂ ਫੋਟੋ ਖਿੱਚੀ, ਲੇਕਿਨ ਜੋ ਚੀਜ਼ਾਂ ਨਹੀਂ ਦਿਸਦੀਆਂ, ਜਿਹਨਾਂ ਦੀ ਫੋਟੋ ਨਹੀਂ ਖਿੱਚੀ ਜਾ ਸਕਦੀ, ਉਹਨਾਂ ਬਾਰੇ ਉਹਨਾਂ ਨੇ ਕਵਿਤਾਵਾਂ ਲਿਖੀਆਂ। ਮਿਸਾਲ ਤੌਰ 'ਤੇ ਰੱਬ ਬਾਰੇ ਕਵਿਤਾ, ਮੌਤ ਬਾਰੇ ਕਵਿਤਾ, ਡਰ ਬਾਰੇ ਕਵਿਤਾ, ਕੌਮਿਆਂ ਦੇ ਪਿੰਜਰੇ ਬਾਰੇ ਕਵਿਤਾ, ਕੁਦਰਤ ਦੇ ਇਨਸਾਫ ਬਾਰੇ ਕਵਿਤਾ, ਕਿ ਜੋ ਵੀ ਅਸੀਂ ਚੀਜ਼ਾਂ ਉਂਝ ਨਹੀਂ ਦੇਖ ਸਕਦੇ, ਸਿਰਫ ਉਹਨਾਂ ਨੂੰ ਮਹਿਸੂਸ ਕਰ ਸਕਦੇ ਹਾਂ, ਉਹਨਾਂ ਬਾਰੇ ਉਹਨਾਂ ਨੇ ਕਿਤਾਬਾਂ ਲਿਖੀਆਂ। ਔਰ ਉਹਨਾਂ ਦੇ ਵਿਚਾਰ ਬਹੁਤ, ਸਮਝ ਲਓ ਕਿ ਸ਼ੁੱਧ ਵਿਚਾਰ ਨੇ ਇਸ ਪੱਖੋਂ ਕਿ ਉਹ ਧਰਮ ਨੂੰ ਕਿਸੇ ਫਿਰਕੇ ਵਾਂਗ ਨਹੀਂ ਦੇਖਦੇ, ਉਹ ਧਰਮ ਨੂੰ ਜਾਂ ਰੱਬ ਨੂੰ ਇੱਦਾਂ ਦੇਖਦੇ ਆ ਕਿ ਜਿਵੇਂ ਰੱਬ ਹਰ ਥਾਂ ਮੌਜੂਦ ਹੈ। ਉਹਦੀ ਸਤਰਾਂ ਵੀ ਨੇ ਕਿ ਮੈਂ ਰੱਬ ਨੂੰ ਕਿਉਂ ਲੱਭਾਂ, ਜਦਕਿ ਉਹ ਮੈਨੂੰ ਹਰ ਥਾਂ ਦਿਸਦਾ, ਰੱਬ ਨੂੰ ਉਹ ਲੱਭਣ ਜਿਨ੍ਹਾਂ ਨੂੰ ਰੱਬ ਹਰ ਥਾਂ ਨਹੀਂ ਦਿਸਦਾ। ਇਸ ਗੱਲ ਵਿੱਚ ਬੜੀ ਬੜੀ ਰਮਜ਼ ਹੈ ਔਰ ਭੇਦ ਹੈ, ਔਰ ਇਹ ਸਾਨੂੰ ਇੱਕ ਤਰ੍ਹਾਂ ਬੰਦਿਆਂ ਨਾਲ ਜੋੜਨ ਵਾਲੀ ਗੱਲ ਹੈ। ਸੋ ਮੈਂ ਉਹਨਾਂ ਦੀ ਕਵਿਤਾ ਦਾ, ਉਹਨਾਂ ਦੀ ਫੋਟੋਗ੍ਰਾਫੀ ਦਾ ਕਾਇਲ ਹੈ, ਉਹਨਾਂ ਨੂੰ ਇੱਕ ਸ਼ਖਸੀਅਤ ਦੇ ਤੌਰ 'ਤੇ ਵੀ ਪਿਆਰ ਕਰਦਾ, ਉਹਨਾਂ ਦੀ ਸਾਫ ਗੋਈ ਨੂੰ, ਉਹਨਾਂ ਦੀ ਬੇਬਾਕੀ ਨੂੰ, ਤੋ ਉਹਨਾਂ ਦੀ ਨਿੱਘ 'ਤੇ ਆਪਣਾ। ਪ੍ਰਭਜੋਤ ਸੋਹੀ ਨੇ ਮੰਚ ਸੰਚਾਲਨ ਦੀ ਭੂਮਿਕਾ ਬਾਖੂਬੀ ਨਿਭਾਈ। ਹਰਭਜਨ ਬਾਜਵਾ ਨੇ ਗੱਲਬਾਤ ਦੌਰਾਨ ਆਪਣੀ ਪੁਸਤਕ ਪਰਛਾਵੇਂ ਨਾ ਫੜ ਦੇ ਨਾਲ ਨਾਲ ਕਈ ਹੋਰ ਪਹਿਲੂਆਂ 'ਤੇ ਸਾਡੇ ਹੋਸਟ ਰਵੀ ਸ਼ਰਮਾ ਨਾਲ ਗੱਲਬਾਤ ਦੌਰਾਨ ਦੱਸਿਆ, ਪ੍ਰੇਰਨਾ ਕਿਤੇ ਨਹੀਂ, ਜਦੋਂ ਮੇਰੇ ਅੰਦਰ ਵਿਚਾਰ ਪੀਵਾ ਉਤਪੰਨ ਹੁੰਦੇ ਨੇ, ਜਦੋਂ ਮੈਂ ਕੋਈ ਚੀਜ਼ ਵੇਖਦਾ ਨਾ ਉਦੋਂ ਹੀ ਮੈਂ ਮਤਲਬ ਉਹਨੂੰ ਉਸੇ ਵਕਤ ਨੋਟ ਕਰਕੇ ਰੱਖ ਲੈਂਦਾ, ਭਾਵੇਂ ਮੈਂ ਕੁਛ ਬਾਹਰ ਬੈਠਾ ਖਲੋਤਾ ਹਾਂ। ਹੁਣ ਤੁਸੀਂ ਆਖੋਗੇ ਤੈਨੂੰ ਪ੍ਰੇਰਨਾ ਕਿੱਥੋਂ ਮਿਲੀ, ਮੇਰੇ ਸਾਹਮਣੇ ਇੱਕ ਬੀਬੀ ਫੁੱਲਾਂ ਨੂੰ ਤੋੜ ਕੇ ਇਕੱਠੇ ਕਰੀ ਜਾਣ ਡੀ, ਅਤੇ ਉਹਨੂੰ ਮੈਂ ਕਿਹਾ ਬੀਬੀ ਫੁੱਲਾਂ ਨਹੀਂ ਤੋੜੀ ਤਾਂ ਜਿਉਂਦੇ ਜਾਂਦੇ ਨੇ, ਪਰ ਤੂੰ ਜਾ ਕੇ ਉਹ ਪੱਥਰਾਂ ਦੀ ਪੂਜਾ ਕਰੇਗੀ ਕੀ ਫਾਇਦਾ ਤੇ, ਅਤੇ ਕੁਦਰਤ ਮਿਲੀ ਜੀ। ਉਹ ਤਾਂ ਫਿਰ ਮੈਂ ਬੈਠਿਆਂ ਬੈਠਿਆਂ ਹੀ ਮੈਂ ਕਵਿਤਾ ਲਿਖ ਮਾਰੀ, ਵੀ ਜਿਹੜੇ ਲੋਕ ਫੁੱਲਾਂ ਨੂੰ ਤੋੜ ਕੇ ਪੱਥਰਾਂ ਦੀ ਪੂਜਾ ਕਰਦੇ ਨੇ, ਉਹਨਾਂ 'ਤੇ ਕੁਦਰਤ ਕਦੀ ਨਹੀਂ ਰਹੀ। ਹੈ ਇਹ ਕਦੇ ਜਦੋਂ ਜਦੋਂ ਤੁਸੀਂ ਕੋਈ ਪੁੱਠਾ ਕੰਮ ਕਰਦਾ ਹੋਏ ਨਾ, ਤਾਂ ਮੇਰੇ ਮਨ 'ਚ ਉਸੇ ਵਕਤ ਹੀ ਉਹ ਵਿਚਾਰ ਆ ਜਾਂਦਾ ਵੀ ਆਹ ਕੰਮ ਹੋਣਾ ਨਹੀਂ ਸੀ ਚਾਹੀਦਾ, ਇਹਨੇ ਕਿਉਂ ਕੀਤਾ। ਹੁਣ ਜਿਹੜੀਆਂ ਚੀਜ਼ਾਂ ਮੈਂ ਵਰਤੀਆਂ, ਤੁਸੀਂ ਰੱਬ ਨੂੰ ਕਿਸੇ ਨੇ ਵੇਖਿਆ ਵੇਖਿਆ ਦੱਸੋ, ਮੈਂ ਰੱਬ ਦੇਖਦਾ ਨਹੀਂ। ਮੌਤ ਤੋਂ ਅਤੇ ਰੱਬ ਤੋਂ ਸਾਰੇ ਲੋਕ ਡਰਦੇ ਨੇ, ਮੌਤ ਤਾਂ ਕਿਸੇ ਦੀ ਉਡੀਕ ਕਰਦੀ ਨਹੀਂ ਗੀ,
ਮੋਦੀ ਸਾਰੇ ਉਡੀਕ ਕਰਦੇ ਨੇ ਕਦੋਂ ਕੀ ਹੋਊ ਕੀ ਨਹੀਂ ਹੋਊਗਾ। ਇਹ ਕਰਕੇ ਜਿਹੜੇ ਨਾ ਮੇਰੇ ਦਿਮਾਗ 'ਚ ਜਦੋਂ ਕੋਈ ਗੱਲ ਆ ਜਾਂਦੀ ਹੈ, ਜਦੋਂ ਮੈਂ ਵੇਖਦਾ ਕਿਸੇ ਨੂੰ, ਹੈ ਹੁਣ ਤੁਸੀਂ ਇਹ ਕਿੱਦਾਂ ਮਹਿਸੂਸ ਕਰੋਗੇ ਮੇਰੇ ਅੰਦਰ ਕੋਈ ਗੱਲ ਆ ਗਈ, ਐਵੇਂ ਆ ਗਈ। ਕਹਿੰਦੇ ਆ ਮੈਨੂੰ ਪੇਕੇ ਜਾਣਾ ਭੁੱਲ ਗਿਆ, ਤੈਨੂੰ ਸਹੁਰੇ ਜਾਣਾ ਭੁੱਲ ਗਿਆ, ਜਦੋਂ ਮੈਂ ਇਸ ਸੰਸਾਰ ਤੋਂ ਚਲੀ ਗਈ ਤੂੰ ਦੂਸਰਾ ਵਿਆਹ ਕਰਵਾ ਲਿਆ। ਇਹ 'ਚ ਹੁਣ ਤੁਸੀਂ ਕੀ ਮਹਿਸੂਸ ਕਰੋਗੇ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨਾ ਇਹ ਮੇਰੇ ਮਨ 'ਚ ਵਾਪਰਦੀਆਂ ਨੇ, ਇਹ ਵੀ ਇਹ ਹੋਇਆ ਕੀ ਹੈ, ਚੇਂਜ ਕਿਸ ਤਰ੍ਹਾਂ ਆਈ, ਤਬਦੀਲੀ ਕਿਸ ਤਰ੍ਹਾਂ ਆਈ, ਕਿਉਂ ਆਈ, ਇਹਦੇ ਬਾਰੇ ਫਿਰ ਜਦੋਂ ਚਾਰ ਮਨ 'ਚ ਆ ਜਾਵੇ ਫਿਰ ਉਹ ਲਿਖ ਲੀਜਿਆ ਕਵਿਤਾ। ਗਿਣ ਮਿਥ ਕੇ ਮੈਂ ਲਿਖਦਾ ਨਹੀਂ ਗਾ, ਨਾ ਗਿਣ ਮਿਥ ਕੇ ਕਦੀ ਮੈਂ ਸੋਚਿਆ ਮੈਂ ਕਵਿਤਾ ਬਾਅਦ ਜਾਣਾ, ਕਵੀ ਕਵਿਤਾ ਪਾਣੀ ਨਾ ਮੈਂ ਕਵਿਤਾ ਲਾਉਣਾ, ਉਹਦਾ ਹਿੱਸਾ ਹੀ ਲੈਣਾ। ਮੈਂ ਫੋਟੋਗ੍ਰਾਫਰੀ 'ਚ ਵੀ ਆਪਣੇ ਆਪ ਨੂੰ ਮਤਲਬ ਯੋਗ ਨਹੀਂ ਸਮਝਦਾ, ਕਿਉਂਕਿ ਮੈਂ ਉਹਨਾਂ ਫੋਟੋਗ੍ਰਾਫਰ ਜੋ ਰਘੂ ਜਿਹੜਾ ਸਾਡੇ ਰਘੂ ਰਾਏ ਅਤੇ ਹੁਣ ਰਾਵ ਦਾ ਫੋਟੋਗ੍ਰਾਫਰ, ਇੰਦਰਾ ਗਾਂਧੀ ਦਾ ਸਭ ਨਿੱਜੀ ਫੋਟੋਗ੍ਰਾਫਰ ਰਿਹਾ, ਪਰ ਸੱਤਿਆਜੀਤ ਰੇ ਜਿਹੜਾ ਸਾਡਾ ਬੰਗਾਲੀ ਫੋਟੋਗ੍ਰਾਫਰ ਹੋਇਆ ਨਾ, ਉਹਦੀ ਮੈਂ ਕੰਮ ਵੇਖਿਆ ਉੱਥੇ। ਅੱਜ ਮੈਂ ਅੰਦਰ ਇਸ ਕਰਕੇ ਬੋਲਿਆ ਕਿ ਉੱਥੇ ਸਾਹਿਤਕਾਰਾਂ ਦੀ ਅਤੇ ਫੋਟੋਗ੍ਰਾਫਰ ਦੀ ਆਪੋ ਜੀ ਕਿੰਨੀ ਦੋਸਤ ਸੀ, ਸਾਹਿਤਕਾਰ ਉਹਦੀ ਮਦਦ ਕਰਦੇ ਹਨ ਅਤੇ ਉਹ ਸਾਹਿਤਕਾਰਾਂ ਦੀ ਕਰਦਾ ਸੀਗਾ, ਅਤੇ ਉਹਨਾਂ ਦੀਆਂ ਫਿਲਮਾਂ ਬਣਾਉਂਦਾ ਸੀ, ਉਹਨਾਂ ਦੇ ਨਾਵਲਾਂ 'ਤੇ ਫਿਲਮਾਂ ਬਣਾਉਂਦਾ ਸੀ, ਉਹਨਾਂ ਦੀਆਂ ਕਹਾਣੀਆਂ 'ਤੇ ਫਿਲਮਾਂ ਬਣਾਉਂਦਾ। ਇਸ ਕਰਕੇ ਇਹ ਜਿਹੜੀ ਸਾਡੀ ਇੰਨੀ ਵੱਡੀ ਸੰਸਥਾ ਹੈ, ਇਹ ਸਾਡੀ ਪੰਜਾਬੀ ਸਾਹਿਤ ਅਕੈਡਮੀ, ਇੱਥੇ ਇਹ ਚੀਜ਼ਾਂ ਨਹੀਂ ਗਈ ਫੋਟੋਗ੍ਰਾਫਰਾਂ ਦਾ ਸਾਹਿਤਕਾਰਾਂ ਦਾ ਆਪੋ ਜੀ ਕੋਈ। ਅਗਰ ਗੱਲ ਕੀਤੀ ਜਾਵੇ ਅੱਜ ਦਾ ਮਨੁੱਖ ਸਰ ਕੁਦਰਤ ਤੋਂ ਦੂਰ ਜਾ ਰਿਹਾ, ਕਾਰਨ ਕੀ ਮੰਨ? ਕੁਦਰਤ ਤੋਂ ਦੂਰ ਜਾ ਰਿਹਾ ਕਿਉਂਕਿ ਉਹਨੂੰ ਦੂਸਰੇ ਇਲੈਕਟ੍ਰੋਨਿਕ ਮੀਡੀਆ ਵਸੀਲੇ ਮਿਲ ਗਏ ਨੇ, ਉਹਨਾਂ ਨੇ ਦੂਰ ਦਿਖਿਆ ਜਿੰਨਾ, ਮਤਲਬ ਤੁਸੀਂ ਤਾਂ ਕੁਦਰਤ ਤੋਂ ਦੂਰ ਜਾ ਰਿਹਾ ਗਿਆ। ਜਿਹੜਾ ਤੁਹਾਡਾ ਸਮਾਰਟ ਮੋਬਾਈਲ ਆਇਆ ਇਹਨੇ ਤਾਂ ਰਿਸ਼ਤੇਦਾਰੀਆਂ ਤੋਂ ਵੀ ਦੂਰ ਕਰਤਾ ਵਾ, ਕਿਉਂਕਿ ਅੱਜ ਦੇ ਸਮਾਰਟ ਮੋਬਾਈਲ ਨੇ ਬੱਚਿਆਂ ਨੂੰ ਇਹ ਪੜ੍ਹਾਈ ਦਿੱਤਾ ਵਾ ਕਿ ਕੋਈ ਉਹਨਾਂ ਦਾ ਦਾਦਾ ਦਾਦੀ ਵੀ ਕੋਈ ਹੋਏਗਾ, ਕੋਈ ਨਾਨਾ ਨਾਨੀ ਵੀ ਹੋਏਗਾ, ਉਹ ਤਾਂ ਸਮਾਰਟ ਫੋਨ 'ਚ ਹੀ ਬਿਜੀ ਰਹਿੰਦੇ ਨੇ। ਬਹੁਤ ਸਾਰੇ ਘਰਾਂ 'ਚ ਸਿਆਪਾ ਇਹੋ ਪਿਆ ਰਹਿੰਦਾ ਕਿ ਸਮਾਰਟ ਫੋਨ 'ਚ ਤੀਵੀਆਂ ਬੰਦੇ ਸਭ ਰੁਚੀ ਜਾਂਦੇ, ਉੱਥੇ ਉਂਗਲਾਂ ਘਸਾਈ ਜਾਂਦੇ, ਉਹਨਾਂ ਨੂੰ ਇਹ ਵੀ ਨਹੀਂ ਪਤਾ ਲੱਗਦਾ ਮੇਰੇ ਲਾਗੇ ਕੌਣ ਆਇਆ ਅਤੇ ਨਹੀਂ ਕੌਣ ਆਇਆ। ਕਈ ਵਾਰੀ ਇੱਕ ਘਰਾਂ 'ਚ ਘਰੇਲੂ ਝਗੜੇ ਇਸੇ ਗੱਲ ਤੋਂ ਹੋ ਜਾਂਦਾ, ਇੱਕ ਆਦਮੀ ਬਾਹਰੋਂ ਨੌਕਰੀ ਕਰਕੇ ਆਉਂਦਾ ਘਰ ਦੀ ਆਣ ਕੇ ਕਹਿੰਦਾ ਚਾਹ ਬਣਾ, ਉਹ ਉਂਗਲਾਂ ਫੇਰ ਰਹੀ ਹੁੰਦੀ ਆ, ਉਹ ਮਤਲਬ ਸਮਾਰਟ ਫੋਨ 'ਤੇ ਆਉਂਦੀ ਆ, ਮੈਂ ਗੱਲ ਕਰਕੇ ਫਿਰ ਕਰੂੰਗੀ। ਇਸ ਕਰਕੇ ਕੁਦਰਤ ਨੂੰ ਉਦੋਂ ਹੀ ਵੇਖਿਆ ਜਾਂਦਾ ਜਦੋਂ ਕੁਦਰਤ ਵਿੱਚ ਵਿਚਰਿਆ ਜਾਵੇ। ਮੈਂ ਮਤਲਬ ਵੱਡੇ ਸ਼ਹਿਰ ਵੇਖਣ ਕਲਕੱਤਾ ਜਾਂ ਬੰਬੇ ਜਾਂ ਹੋਰ ਕੋਈ ਨਹੀਂ ਜਾਂਦਾ, ਮੈਂ ਮਤਲਬ ਅਮੂਮਨ ਪਹਾੜਾਂ 'ਚ ਜਾਂਦਾ ਵਾਂ, ਲੇਹ ਲਦਾਖ ਚਲਿਆ ਜਾਂਦਾ ਵਾਂ, ਉਹ ਦਰਬਾਰਾ ਗਰਜੀ ਕਰਕੇ ਉਹਨਾਂ ਤੋਂ ਕੁਦਰਤੀਆਂ ਬੜੀਆਂ ਚੀਜ਼ਾਂ ਵੇਖ ਕੇ ਆਉਂਦਾ ਵਾਂ। ਆਹ ਮਈ 'ਚ ਮੈਂ ਗਿਆ, ਮੈਂ ਬਰਫ਼ ਦੀ ਫੋਟੋਗ੍ਰਾਫੀ ਕੀਤੀ, ਘੱਟ ਤੋਂ ਘੱਟ ਮੈਂ 400-500 ਤਸਵੀਰ ਬਰਫ਼ ਦੀ ਖਿੱਚੀ। ਹੁਣ ਫਿਰ ਮੈਂ ਜਾ ਰਿਹਾ ਵਾਂ ਮਤਲਬ ਸਤੰਬਰ ਦੇ ਐਂਡ 'ਚ, ਵੀ ਕੁਦਰਤ ਦੀ ਹੁਣ ਬਰਫ਼ ਪਿਘਲ ਚੁੱਕੀ ਆ, ਹੁਣ ਉਹ ਪਹਾੜ ਲੱਗੇ ਨੇ, ਉਹ ਕਿਸ ਤਰ੍ਹਾਂ ਦੇ ਲੱਗਦੇ ਨੇ, ਕਿਹੋ ਜਿਹੇ ਲੱਗਦੇ। ਜਦੋਂ ਤੁਸੀਂ ਕੁਦਰਤ ਦੇ ਵਿੱਚ ਵਿਚਰੋਗੇ ਫਿਰ ਤੁਹਾਨੂੰ ਕੁਦਰਤ ਦੀਆਂ ਗੱਲਾਂ ਦਾ ਪਤਾ ਲੱਗਦਾ ਵਾ ਕਿ ਕੁਦਰਤ ਨੇ ਕਿਹੜੀਆਂ ਚੀਜ਼ਾਂ ਘੜੀਆਂ ਨੇ ਜਿਹੜੀਆਂ ਬੰਦਾ ਵੀ ਨਹੀਂ ਘੜ ਸਕਦਾ। ਮੈਂ ਕੁਛ ਰੁੱਖਾਂ ਦੀਆਂ ਇਹੋ ਜਿਹੀਆਂ ਫੋਟੋਗ੍ਰਾਫ ਕੀਤੀਆਂ ਨੇ, ਤੁਸੀਂ ਸਮਝ ਨਹੀਂ ਸਕੋਗੇ ਬੜੀ ਇਹ ਬਾਜੂ ਨੇ ਕੀ ਲੁਚਪਣਾ ਇਕੱਠਾ ਕਰਤਾ। ਕਈ ਲੋਕਾਂ ਨੇ ਇਹਦੀ ਬੜੀ ਯਾਰ ਤਸਵੀਰ ਸੈਕਸੀ ਆ, ਮੈਂ ਇਹ ਸੈਕਸੀ ਕਿਉਂਕਿ ਮੈਂ ਕੋਈ ਦਰਖਤ ਦੀ ਫੋਟੋ ਹੈ, ਮੈਂ ਆਪਣਾ ਤਾਂ ਬਿਲਡ ਬਣਾਈ ਨਹੀਂ, ਜਾਂ ਮੈਂ ਇਹ ਬੰਦੇ ਦੀ ਅਤੇ ਔਰਤ ਦੀ ਕੀਤੀ ਆ, ਇਹ ਕੁਦਰਤ ਦੀ ਬਣੀ ਚੀਜ਼ ਰੁੱਖ 'ਚ ਤਾਂ ਮੈਂ ਫੋਟੋ ਖਿੱਚੀ, ਜੇ ਤੁਹਾਨੂੰ ਸੈਕਸੀ ਲੱਗਦੀ ਤੁਹਾਡੀ ਸੋਚ ਦੇ ਮੁਤਾਬਕ ਲੱਗਦੀ ਹੈ, ਤੁਸੀਂ ਇਹਦੇ ਬਾਰੇ ਸੋਚਦੇ ਜੇ ਹੋ ਜਾਓ। ਆਹ ਗੱਲਾਂ ਨਾ ਤੁਹਾਨੂੰ ਇਹ ਕੁਦਰਤ ਦੇ ਵਿੱਚ ਦੀਆਂ ਕੁਦਰਤ ਦੀਆਂ ਚੀਜ਼ਾਂ ਜਿਹੜੀਆਂ ਮਹਿਸੂਸ ਹੁੰਦੀਆਂ, ਜੇ ਤੁਸੀਂ ਕੁਦਰਤ ਨਹੀਂ ਵਿਚਰੋਗੇ ਤਾਂ ਕੁਦਰਤ ਦੀਆਂ ਤੁਹਾਨੂੰ ਚੀਜ਼ਾਂ ਕਿੱਥੋਂ ਨਜ਼ਰ ਆਉਣਗੀਆਂ, ਅਤੇ ਕੁਦਰਤ ਨਾਲ ਮਨੁੱਖਾਂ ਜੇ ਕਰਕੇ ਟੁੱਟ ਰਿਹਾ ਉਹ ਨਿੱਜੀ ਕੰਮਾਂ 'ਚ ਰੁੱਝ ਗਿਆ, ਉਹਦੇ ਕੋਲ ਟਾਈਮ ਹੀ ਨਹੀਂ ਕੁਦਰਤ ਬਾਹਰ ਸਿਰਿਆ ਜਾਏ। ਹੁਣ ਇੱਥੇ ਤੁਸੀਂ ਰਹਿ ਗਿਆ ਲੁਧਿਆਣੇ ਦੇ ਅੰਦਰ, ਤੁਸੀਂ ਕੋਈ ਕੁਦਰਤ ਨੂੰ ਵੇਖਦੀ ਤਾਂ ਨਹੀਂ ਵੇਖਿਆ ਜਾ ਸਕਦਾ, ਕੁਦਰਤ ਨੂੰ ਵੇਖਣਾ ਜੇ ਖੁੱਲ੍ਹੇ ਜਾਓਗੇ ਖਾਸ ਕਿਉਂਕਿ ਕੁਦਰਤੀ ਚੀਜ਼ਾਂ ਬਣੀਆਂ, ਜਿਹੜਾ ਬੰਦਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਉਹ ਬੰਦੇ ਕੋਲ ਨਹੀਂ ਬਣਦੀ। ਇਸ ਕਰਕੇ ਕੁਦਰਤ ਨੂੰ ਜਿਹੜਾ ਬੰਦਾ ਜਿਉਣਾ ਸਿੱਖ ਗਿਆ ਨਾ, ਉਹ ਕਦੀ ਵੀ ਰਾਜ ਨਹੀਂ ਹੁੰਦਾ, ਉਹਨੂੰ ਹਰ ਥਾਂ ਹਰ ਚੀਜ਼ 'ਚ ਕੁਦਰਤ ਦਿਖਾਉਂਦਾ। ਸਰ ਤੁਹਾਡੇ ਮੁਤਾਬਕ ਜੀਵਨ ਦਾ ਮਕਸਦ? ਜਿਉਣ ਦਾ ਮਤਲਬ ਕੀ ਹੈ? ਫਿਰ ਜ਼ਿੰਦਗੀ ਜਿਹੜੀ ਅੱਜ ਦਾ ਮਨੁੱਖ ਨਾ ਦੋ ਟਾਈਪ ਨਾਲ ਜੂ ਰਿਹਾ, ਇੱਕ ਤਾਂ ਜੂ ਰਿਹਾ ਜ਼ਿੰਦਗੀ, ਇੱਕ ਜੂਨ ਹੈ। ਕਈ ਲੋਕ ਤਾਂ ਜੂਨ ਭੋਗ ਰਹੇ ਨੇ ਇਹ ਸੰਸਾਰ 'ਚ ਆਉਣ ਕੇ, ਅਤੇ ਕਈ ਲੋਕ ਜੂ ਰਹੇ ਨੇ, ਜੂ ਰਹੇ ਉਹ ਨੇ ਕਿ ਜਿਹੜੇ ਲੋਕਾਂ ਲਈ ਕੁਛ ਕੰਮ ਕਰਦੇ ਨੇ, ਹੈ ਕਰਕੇ ਵੇਖਦੇ ਨੇ ਅਤੇ ਲੋਕਾਂ ਨੂੰ ਦੱਸਦੇ ਨੇ, ਉਹ ਮਤਲਬ ਜ਼ਿੰਦਗੀ ਜੂ ਰਹੇ ਨੇ, ਪਰ ਉਹ ਜ਼ਿੰਦਗੀ ਨਹੀਂ ਜੂ ਰਹੇ ਜਿਹੜੇ ਮਤਲਬ
ਕੰਮ ਹੀ ਨਾ ਕਰਨ ਅਤੇ ਖਾ ਕੇ ਰੋਟੀਆਂ ਸੋਣ, ਉੱਧਰ ਜਾਓ ਅਤੇ ਉੱਧਰ ਜਾਓ, ਉਹ ਜ਼ਿੰਦਗੀ ਇਹ ਕਰਕੇ ਹੈ ਜਿਹਦੇ ਨਾਲ ਤੁਸੀਂ ਜਿਉਂ ਅਤੇ ਦੂਜਿਆਂ ਨੂੰ ਜਿਉਣ ਵਾਸਤੇ ਕੁਝ ਚੀਜ਼ਾਂ ਦੱਸੋ, ਉਹ ਜ਼ਿੰਦਗੀ ਹੀ ਹੈ। ਇੱਕ ਵਾਰ ਜਿਉਂ ਜਿਹੜੀ ਰੋਟੀ ਖਾਧੀ ਸੌਂਗੇ, ਉੱਥੇ ਕੰਮ ਕੀਤਾ ਸੌਂਗੇ, ਉਹ ਜਿਉਣ ਪੁੱਛ ਰਹੇ ਹੋ, ਉਹ ਚੀਜ਼ ਤੁਸੀਂ ਜਿਉਣਾ ਨਹੀਂ ਸਕਦੇ। ਸਰ ਤੁਹਾਡੇ ਮੁਤਾਬਕ ਕਿਤੇ ਇਹ ਤਾਂ ਨਹੀਂ ਕਿ ਜੀਵਨ ਜਿਹੜਾ ਹੈਗਾ ਆ ਉਹ ਸਵੈ ਤੋਂ ਸਟਾਰਟ ਹੁੰਦਾ ਕਿ ਦੂਸਰੇ? ਨਹੀਂ, ਉਹ ਸਵੈ ਤੋਂ, ਦੂਸਰੇ ਤੋਂ ਨਹੀਂ। ਉਹ ਆਪਣੇ ਆਪ ਤੋਂ ਤੁਸੀਂ ਉਹਨੂੰ ਬਿਲਡ ਕਰ ਸਕਦੇ, ਦੂਸਰੇ ਕੋਲ ਤੁਸੀਂ ਕੁਛ ਨਹੀਂ ਲਰਨ ਕਰ ਸਕਦੇ, ਦੂਸਰੇ ਕੋਲ ਕੁਛ ਨਹੀਂ ਸਿੱਖ ਸਕਦੇ, ਕਿਉਂਕਿ ਜਿਹੜਾ ਸਵੈ ਦਾ ਜੀਵਨ ਹੈ ਉਹ ਤੁਸੀਂ ਆਪਣੇ ਅੰਦਰੋਂ ਪੈਦਾ ਕਰਨਾ। ਫਿਰ ਕਿਤਨਾ ਜਿਉਣਾ ਚੰਗਾ, ਜਿਉਣਾ ਮਾੜਾ, ਇਹ ਤੁਹਾਡਾ ਆਪਣਾ, ਤੁਸੀਂ ਆਪਣਾ ਲੋਕਾਂ ਨਾਲ ਵਿਹਾਰ ਕਿਹੋ ਜਿਹਾ ਕਰਨਾ, ਚੰਗਾ ਕਰਨਾ, ਮਾੜਾ ਕਰਨਾ, ਇਹ ਤੁਹਾਡਾ, ਤੁਹਾਡੇ ਮੁਤਾਬਕ ਰੱਬ ਰੱਬ ਮੇਰੇ ਮੁਤਾਬਕ ਰੱਬ ਉਹ ਆ ਜਿਹੜੀ ਚੀਜ਼ ਵੇਖੀ ਨਹੀਂ ਗਈ, ਸ਼ਬਦਾਂ 'ਚ ਘੜਿਆ, ਤੁਹਾਨੂੰ ਡਰ ਪਾਇਆ ਗਿਆ, ਹੋਰ ਕੁਛ ਨਹੀਂ। ਕਿਤੇ ਨਾ ਕਿਤੇ ਪੋਲੀਟੀਕਲ 'ਚ ਤਾਂ ਡਰ ਪਾਉਂਦੇ ਆ, ਉੱਦਾਂ ਇਹ ਪੋਲੀਟੀਕਲ ਨੇ ਡਰ ਪਾਇਆ, ਇਹ ਪਾਇਆ ਤੁਹਾਨੂੰ ਜਿਹੜੇ ਧਾਰਮਿਕ ਲੋਕ ਨੇ, ਪੁਜਾਰੀ ਲੋਕ ਨੇ, ਉਹਨਾਂ ਡਰ ਪਾਇਆ ਤੁਹਾਨੂੰ ਕਿ ਰੱਬ ਜੇ ਚੰਗੇ ਕੰਮ ਨਹੀਂ ਕਰੇਗਾ ਤਾਂ ਤੈਨੂੰ ਰੱਬ ਆ ਕਰੂਗਾ, ਤੈਨੂੰ ਆ ਰੱਬ ਕਰੂਗਾ, ਰੱਬ ਰੂਬ ਕਦੀ ਮਿਲਿਆ ਨਹੀਂ ਤੁਹਾਨੂੰ, ਨਾ ਤੁਸੀਂ ਵੇਖੀ ਹੈ। ਤੁਸੀਂ ਇਸ ਕਰਕੇ ਡਰ ਤੁਹਾਨੂੰ ਪੁਜਾਰੀਆਂ ਲੋਕਾਂ ਨੇ ਪਾਇਆ ਕਿ ਉਹਨਾਂ ਨੇ ਆਪਣਾ ਕਾਰੋਬਾਰ ਚਲਾਉਣ ਵਾਸਤੇ ਤੁਹਾਨੂੰ ਰੱਬ ਦਾ ਡਰ ਪਾਇਆ। ਸਰ ਅੱਜ ਦੀ ਪੀੜ੍ਹੀ ਨੂੰ ਕੀ ਮੈਸੇਜ ਦੇਣਾ ਚਾਹੁੰਦੇ? ਅੱਜ ਦੀ ਪੀੜ੍ਹੀ ਨੂੰ ਇਹ ਮੈਸੇਜ ਦੇਣਾ ਚਾਹੂੰਗਾ, ਜੋ ਤੁਸੀਂ ਮਤਲਬ ਪੈ ਗਏ ਹੋ ਨਾ, ਮਤਲਬ ਸਮਾਰਟਫੋਨ, ਇਹਨਾਂ ਨੂੰ ਛੱਡ ਕੇ ਅਤੇ ਚੰਗੀ ਜ਼ਿੰਦਗੀ ਜਿਉਣ ਦੇ ਰਾਹ ਲੱਭੋ। ਕੋਈ ਕਿਤਨਾ ਜੁੜਾ ਇਹ ਤਾਂ ਉਂਗਲਾਂ ਕਸਾਇਆ, ਤੁਹਾਨੂੰ ਨਾ ਜ਼ਿੰਦਗੀ ਮਿਲਣੀ ਆ, ਤੁਹਾਨੂੰ ਨਾ ਰੱਬ ਮਿਲਣਾ, ਅਤੇ ਨਾ ਖੁਸ਼ੀ ਮਿਲਣੀ। ਲੁਧਿਆਣਾ ਤੋਂ ਅਮਨਦੀਪ ਦੀ ਰਿਪੋਰਟ, ਕੈਮਰਾਮੈਨ ਰਵੀ ਸ਼ਰਮਾ ਦੇ ਨਾਲ, ਫੋਕਸ ਡੋਟ ਪੰਜਾਬੀ, ਯੂਅਰ ਸਿਟੀ, ਯੂਅਰ ਨਿਊਜ਼।